ਹਲੋ ਹਾਈ ਗਾਇਸ ਵੈਲਕਮ ਬੈਕ ਟੂ ਨਿਊ ਵਲੌਗ ਤੇ ਕੱਲ ਨਾ ਮੈਂ ਆਪਾਂ ਅਸੀਂ ਮੋਟਰ ਤੇ ਗਏ ਨਾ ਤੇ ਮੇਰਾ ਬੋਲ ਬੋਲ ਕੇ ਗਲਾ ਹੀ ਬਹਿ ਗਿਆ ਮਤਲਬ ਨਹਾ ਨਹਾ ਕੇ ਮੈਂ ਤੈਰਨਾ ਹੀ ਸਿੱਖਣ ਲੱਗ ਪਿਆ ਸਵਿਮਿੰਗ ਪੂਲ ਚ ਅੱਜ ਤਾਂ ਹਨੇਰੀ ਚੱਲਦੀ ਪਈ ਬਹੁਤ ਬਾਹਰ ਤੁਹਾਨੂੰ ਦਿਖਾਉਣਾ ਬੜੀ ਹਨੇਰੀ ਚੱਲਣ ਡਈ ਆ ਸਵੇਰ ਦੀ ਅੱਗੇ ਬੱਦਲ ਚੜਿਆ ਹੋਇਆ ਸੀਗਾ ਸਵੇਰੇ ਉਹ ਮੈਂ ਥੋੜ੍ਹਾ ਜਿਹਾ ਰਿਕਾਰਡ ਕੀਤਾ ਸੀਗਾ ਕੈਮਰੇ ਚ ਦੂਜੇ ਚ ਉਹ ਦੇਖੋ ਗਾਇਸ ਬੱਦਲ ਚੜਨ ਡਿਆ ਵਾ ਉਧਰੋਂ ਮੈਨੂੰ ਲੱਗਦਾ ਬੱਦਲ ਆਊਗਾ ਤੇ ਇੱਧਰ ਬੀਬੀ ਰੋਟੀ ਖਾਣ ਡਈ ਸਵੇਰੇ ਸਵੇਰੇ देख सकते बीबी और पता नहीं बाहर की वेखते पे उधर बाकी देखो किन्नी ज्यादा नेर चलन दिया बे बाहर की ही का हवा बहुत उड़ना चाहिए बीबी ध्यान ना लै वेख वे हाँ भाई बीबी तेन तक की फिरती है लै लो चुन्नी की सैटिंग नहीं आती बीबी की बीबी हवा ने चुन्नी बीबी डाल जा नहीं लगता मोटर ते हुण मोटर ते जाना पैना कपड़े धोण क्योंकि साडे लाइट भी नहीं हैगी पानी है नहीं गा ते स्विमिंग पूल बनाया होया मम्मी कहिंदी उत्थे चलदे आ ते फिर नाले कपड़े उत्थे फोल दांगे ते नाले असीं ना रोस्को नूं भी लैके चले आ हाँ रोस्को नहाना बीबी मोटा उतरिया आ ते इधर देखो रोस्को चल गए रोस्को इन्हें टुब्बे तो वेख्यो डरदा इन्हें तो पता ही नहीं कल अहीं कित्थे रहे ते बेचारा सानू डीकदा ही रहा तो सुत्ता होया सी घरे जदों आए चलो गाइस जिहड़ा आपां कल स्विमिंग पूल बनाया अज आपां रोस्को नूं ओह टायर मैं कहिंदी लै जाईए टायर देखो पानी किन्ना हजे भी एदा ही ओदा ही पिया होया वा किन्ना ही पानी अज तो चल किसे ने नहीं नहाना ठंडी हवा ठंड च मर जांगे नहा नहा के असि तो बस अज कपड़े धोण आए हैं इत्थे मोटर ते इत्थे फोल दांगे नाले हवा ना सुक जाणगे पत्थर भी है दित्ते धोते जाने हाँ वे है रख के कपड़े धोते जाने आप चलो हुण मम्मी हुणी खूह चो पानी कढ़न लगे आ ए तो मम्मी डरदी आ तां करके मम्मी हुण रस्सी बन ली लै आ वधिया स्कीम आ मम्मी एदा डरदी क्यों आ वाह 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 स्कीमां वाह वाह कढ़ लिया के मम्मी नूं बहुत स्कीम आ गाइस कढ़न दा ਆਪਦੀ ਆਪਦੀ ਸਕੀਮ ਹੁੰਦੀ ਕੱਢਣ ਦੀ ਹੈ ਮੰਮੀ ਵਾਹ ਐਂਡ ਹਾਂ ਨਾਲੇ ਯੂਜ਼ ਹੋ ਜੂ ਮੰਮੀ ਹੁਣੀ ਵੇਖੋ ਉਹਦੇ ਚੋਂ ਪਾਣੀ ਕੱਢ ਕੇ ਲਿਆਏ ਆ ਤੇ ਇਹਦਾ ਜੀ ਕਰਦਾ ਪਾਣੀ ਪੀਣ ਨੂੰ ਮੰਮੀ ਕਿਸੇ ਕੌਲੇ ਚ ਪਾ ਦੇ ਤੈਨੂੰ ਕਬਲਾ ਸਾਫ਼ ਦਿੰਦੇ ਆ ਪਾਣੀ ਤੁਸੀਂ ਲਾਪਰੀ ਦਾ ਪੁੱਛਣਾ ਵਾ ਕਮੈਂਟ ਚ ਮੈਨੂੰ ਇਹ ਤਾਂ ਪਤਾ ਹੀ ਆ ਲਾਪਰੀ ਕਿੱਥੇ ਗਿਆ ਵਾ ਲਾਪਰੀ ਹੈ ਨੀ ਗਾ ਲਾਪਰੀ ਤਾਂ ਗਿਆ ਹੋਇਆ ਵਾ ਦੂਜਾ ਹਰਿਮੰਦਰ ਸਾਹਿਬ ਗਏ ਹੋਏ ਆ ਮਤਲਬ ਮੱਥਾ ਟੇਕਣ ਵਾਸਤੇ ਇਹਨੂੰ ਰਜੀ ਲੱਸੀ ਲੰਮੀ ਕਰਤੀ ਊ ਉਹ ਬਾਲਟੀ ਚੋਂ ਹੀ ਪੀ ਗਿਆ ਪਾਣੀ ਹੁਣ ਕੋਈ ਨਹੀਂ ਮਾਜ ਲੈਨੇ ਆ ਵੇ ਵੇ ਉੱਦਾਂ ਪਾ ਮਨਾ ਮਾਈ ਦੇ ਵੀਡੀਓ ਚ ਦੇਖਦੀ ਫਿਰ ਮੰਮੀ ਡਿੱਗੀ ਹੋਣੀ ਉਸ ਨੂੰ ਕਹਿੰਦਾ ਮੇਰੀ ਬਾਲਟੀ ਮਾਜਨੀ ਮੈਂ ਤੈਨੂੰ ਸਿੱਟਦਾ ਹਾਂ ਅੱਲਾ ਰੋੜਤਾ ਪਾਣੀ ਚਲੋ ਗਾਇਸ ਹੁਣ ਮੈਂ ਰੋਸਕੋ ਨੂੰ ਕਹੂੰਗਾ ਆ ਜਾ ਰੋਸਕੋ ਨਹਾਈਏ ਆ ਸਵਿਮਿੰਗ ਪੂਲ ਦੇ ਵਿੱਚ ਤੇ ਵੇਖਿਓ ਕੀ ਕਰਦਾ ਆ ਜਾ ਨਹਾਈਏ ਚੱਲ ਚੱਲ ਨਹਾਈਏ ਰੋਸਕੋ ਨਹਾਈਏ ਫੜ 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 ਨਾਲੇ ਫੜ ਰਸ ਆ ਜਾ ਆ ਜਾ ਆ ਜਾ ਫੜ ਫੜ ਇਹਨੂੰ ਫੜ ਨਹਾਈਏ ਰੋਸਕੋ ਨਹਾਈਏ ਆ ਜਾ ਆ ਜਾ ਆ ਜਾ ਹੋਲੇ ਆ ਜਾ ਰੋਸਕੋ ਆ ਜਾ ਨਹਾਉਣਾ ਨਹੀਂ ਫਿਰ ਤੂੰ ਲੈ ਜਾ ਆ ਜਾ ਆ ਜਾ ਆ ਜਾ ਆ ਜਾ ਨਾ ਕਿਆ ਨਾ ਨਾ ਕਿਆ ਨਾ ਨਾ ਹਾਂ ਨਹਾਉਣ ਨਹੀਂ ਜੀ ਕਰਦਾ ਨਹਾਈਏ ਚੱਲ ਰੋਸਕੋ ਨਹਾਈਏ ਹੁਣ ਮੰਮੀ ਹੁਣੀ ਧੋਣ ਲੱਗਿਆ ਕੱਪੜੇ ਦੇਖੋ ਬਾਲਟੀਆਂ ਭਰ ਲੀਆਂ ਦੋ ਬਾਕੀ ਇੱਕ ਚ ਸਰਫ ਪਾ ਲਿਆ ਇੱਕ ਚ ਸਾਫ਼ ਪਾਣੀ ਪਾਣੀ ਬਹੁਤ ਠੰਡਾ ਵਾ ਇਹਦਾ रोस्को वेखो मम्मी हुणी कपड़े धोण डे थापी नूं पैण डिया भी कपड़िआं नूं ना कुट इदां ही जदों एक दूजे नूं कुटदे नहीं ना ते ये रोकदा हुंदा सी ना पाओ ते अज मम्मी नूं कहिंदा भी कपड़िआं नूं बना कुट ओ भरावा कपड़े धो लैंदे कपड़े नहीं मरदे कवलिआ मम्मी इहनूं फड़ के धो दे मार दो थापियां ਕਚੋਲ ਦੇ ਵਿੱਚ ਐਂ ਬਾਲਟੀ ਦੇ ਵਿੱਚ ਦੀ ਕੱਢ ਦਿੰਨੇ ਆ ਸਾਫ਼ ਨਿਕਲ ਆਊਗਾ ਓਏ ਰੋਸਕ ਕੱਪੜੇ ਕੱਪੜੇ ਤਾਂ ਜਮਾ ਹੀ ਨਹੀਂ ਧੋਣ ਦਿੰਦਾ
ਕੀ ਕਹਿੰਦਾ ਮੰਮੀ? ਇਹ ਕਹਿੰਦਾ ਮੈਲ ਨਾ ਕੱਢੋ, ਰਹਿਣ ਦੋ ਇਹਨੂੰ। ਅੱਛਾ ਮੈਲ ਵਾਲੇ ਕੱਪੜੇ ਪਾਲ ਗਏ ਉਦਾਂ ਹੀ। ਇੱਥੋਂ ਤਾਰਾਂ ਜੁੜੀਆਂ ਹੋਈਆਂ ਵੇਖੋ ਨਾਲੋਂ, ਤੇ ਡੈਡੀ ਹੁਣੀ ਹੁਣ ਆਉਣਗੇ ਤੇ ਸੈਟਿੰਗ ਕਰਨੀ ਪੈਣੀ ਆ, ਤੇ ਡੈਡੀ ਉਹਨਾਂ ਨੇ ਫੋਨ ਲਾਇਆ ਹੁਣੇ ਕਿ ਤਾਰਾਂ ਤਾਂ ਨੀ ਜੁੜੀਆਂ, ਤੇ ਮੈਂ ਵੇਖਿਆ ਸੱਚੀ ਜੁੜੀਆਂ ਹੋਈਆਂ, ਹਵਾ ਨਾ ਹਿੱਲੂ ਹਿੱਲ ਕੇ ਜੁੜ ਗਈਆਂ। ਕੋਈ ਨੀ ਕਰ ਲੈਂਦੇ ਸੈੱਟ। ਤੇ ਨਾ ਸਾਰੇ ਇੱਧਰਲੇ ਬੰਨੇ ਆ ਗਏ ਆ, ਕੋਠੀ ਦੇ ਪਰਲੇ ਬੰਨ, ਰੋਸਕੋ ਉੱਧਰ ਆ ਮੋਟਰਸਾਈਕਲ ਦੇ ਪਰਲੇ ਬੰਨੇ, ਤੇ ਉਹ ਲੱਭਦਾ ਪਿਆ ਸਾਨੂੰ ਅਸੀਂ ਕਿੱਧਰ ਆ, ਅਸੀਂ ਤਾਰ ਵੇਖਣ ਗਏ ਸੀ। ਤੇ ਉਹਨੂੰ ਆ ਵੀ ਉਹ ਖਰੇ ਘਰੇ ਹੀ ਗਏ ਚਲੇ ਖਰੇ, ਦੇਖੋ ਉਹਦਾ ਰਿਐਕਸ਼ਨ ਦਿਖਾਉਣਾ ਤੁਹਾਨੂੰ। ਆਪਾਂ ਐਂ ਦੀ ਆ ਜਾਓ, ਐਂ ਦੀ ਆ ਜਾਓ। ਦੇਖ ਲਿਆ ਉਹਨੇ ਮੈਨੂੰ, ਕਹਿੰਦਾ ਹੁਣ ਆ ਕੇ ਖੁਸ਼ ਹੋ ਗਿਆ ਹੁਣ। ਚਲੋ ਗਾਇਜ਼, ਸਾਡੀ ਨਾ ਤਾਰ ਥੋੜ੍ਹੀ ਜਿਹੀ ਖਰਾਬ ਸੀ, ਮੈਨੂੰ ਉੱਥੇ ਬੜਾ ਟਾਈਮ ਲੱਗ ਗਿਆ ਸੀ, ਤਾਰਾਂ ਬੰਨ ਕੇ ਆਏ ਹਾਂ, ਜੁੜ ਗਈਆਂ ਸੀ ਨਾਲ। ਅਤੇ ਮਾਸੜ ਹੁਣੀ ਆਉਣ ਵਾਲੇ ਆ ਸਾਡੇ ਘਰੇ, ਤੇ ਫੋਨੇ ਫੋਨ ਆਇਆ, ਅਤੇ ਅਸੀਂ ਮੋਟਰ 'ਤੇ ਹਾਂ, ਹਵਾ ਚੱਲਦੀ ਪਈ ਦੇਖੋ। ਅਤੇ ਹੁਣ ਅਸੀਂ ਘਰੇ ਜਾਣਾ, ਅਤੇ ਡੈਡੀ ਹੁਣ ਕਹਿੰਦੇ ਹੋਵੇ ਹੋਰ ਬੰਨ ਰੱਸੀਆਂ, ਕੰਮ ਢਿੱਲੇ ਆ। ਮੈਂ ਕਿਹਾ ਵੀ ਖੰਭਾ ਆਪਾਂ ਵਧੀਆ ਆ ਕਰ ਲਈਏ, ਲਵਾ ਲਈਏ, ਤਾਂ ਕਿ ਮਤਲਬ ਵਿੱਚੋਂ ਉਹ ਮਤਲਬ ਢਿੱਲ ਨਾ ਪਵੇ, ਵਿੱਚ ਇੱਕ ਖੰਭਾ ਹੋਵੇ ਢਿੱਲ ਨਾ ਪਊਗੀ। ਪਰ ਰੱਸੀਆਂ ਬੰਨਣੀਆਂ ਦੇਖ ਲਓ, ਹੁਣ ਇੱਥੇ ਕੱਪੜੇ ਫੋਲਣ ਲੱਗੇ ਆ, ਹੋਵੇ ਤਾਰ ਬੰਨ ਲਈ ਆ, ਤੇ ਇਹਦੇ ਉੱਤੇ ਨਾਲੇ ਕੱਪੜੇ ਸੁੱਕ ਵੀ ਜਾਣਗੇ, ਹਵਾ ਚੱਲਣੀ ਨਾ, ਹਵਾ ਨਾ ਹੀ ਸੁੱਕ ਜਾਣੇ ਆ। ਤੇ ਆਹ ਸੁਣੋ ਗਾਇਜ਼, ਡੈਡੀ ਦੇ ਰਿਸਕੀ ਕੰਮ, ਜਦੋਂ ਤਾਰ ਲਾਉਣੀ ਸੀ ਨਾ, ਡੈਡੀ ਦੇ ਵੀ ਨੇ ਵੀ ਸੋਚ ਬੰਦ ਕਰ ਲਈ, ਮਾੜਾ ਇੱਕ ਮਿੰਟ ਹੈ ਡੈਡੀ ਨੂੰ ਕਿ ਉਹ ਵੀ ਥੋੜ੍ਹਾ ਜਿਹਾ ਆਪਣੀ ਸਿਹਤ ਸੰਬੰਧੀ ਥੋੜ੍ਹਾ ਉਹ ਰਹਿਣ, ਕੋਈ ਭਾਵੇਂ ਸੋਚ ਲਾ ਆ ਜਾਵੇ। ਜਹਾਜ਼ ਜਾਂਦਾ ਪਿਆ ਦੇਖੋ ਗਾਇਜ਼, ਤੁਹਾਨੂੰ ਦੇਖਦਾ ਹੋਣਾ ਜਹਾਜ਼ ਇੱਧਰ ਵਿਚਾਰੇ ਆਪਦਾ ਸਟਰਗਲ ਕਰਨ ਡਿਆ। ਉਹ ਅੱਜ ਅਸੀਂ ਮੋਟਰ ਤੇ ਕੱਪੜੇ ਧੋਤੇ ਇਸ ਕਰਕੇ ਆ ਕਿਉਂਕਿ ਪਾਣੀ ਹੈ ਨਹੀਂ ਸੀ ਘਰੇ, ਵਾਰ ਵਾਰ ਕਹਿ ਰਹੀ ਮੈਂ। ਅੱਛੀ ਬਾਤ ਹੈ ਨਾ ਰੋਸਕੋ, ਕਿੰਨਾ ਸੋਹਣਾ ਵਿਊ ਆ। ਪ੍ਰਾਹੁਣੇ ਆਉਣ ਵਾਲੇ ਆ, ਹੁਣ ਘਰੇ ਚੱਲਦੇ ਆ, ਬਾਕੀ ਇੱਥੇ ਆਣ ਕੇ ਮਜ਼ਾ ਬੜਾ ਆਉਂਦਾ ਪਿਆ। ਬਹੁਤ ਕੰਮ ਗਲਤ ਵਾ, ਕਿੰਨਾ ਟਾਈਮ ਏਦਾਂ ਖਰਾਬ ਹੁੰਦਾ ਹੈ, ਏਦਾਂ ਟਾਈਮ ਕਿੰਨਾ ਖਰਾਬ ਹੁੰਦਾ, ਤੇ ਖੰਭਾ ਇੱਥੇ ਲਵਾਇਆ ਹੋਵੇ। ਸਹੀ ਗੱਲ ਆ, ਖੰਭਾ ਲਵਾਇਆ ਹੋਵੇ ਤੇ ਮਤਲਬ ਬਾਅਦ ਚ ਆ ਤਾਰਾਂ ਜਾਂ ਬੰਨਣਾ ਦੀ ਲੋੜ ਪੂਰਾ ਲੱਗ ਗਿਆ, ਕਦੀ ਸੋਚ ਕੱਟ ਕੇ ਆ, ਕਦੀ ਢਿੱਲੀਆਂ ਨਾ ਤਾਰਾਂ, ਲੈ ਉਹਦੇ ਹੈਂਗਰ ਪਾਤਾ। ਹੁਣ ਛੇਤੀ ਛੇਤੀ ਘਰੇ ਚੱਲਦੇ ਆ ਕਿਉਂਕਿ ਪ੍ਰਾਹੁਣੇ ਆਉਣ ਵਾਲੇ ਆ, ਮਾਝਾ ਲੈ ਕੇ ਆਉਣਾ, ਮਾਝੇ ਦੀ ਖੁਸ਼ੀ ਦੇ ਵਿੱਚ ਆਪਾਂ ਜਲਦੀ ਜਲਦੀ ਘਰੇ ਪਹੁੰਚ ਗਏ। ਤੇ ਇੱਥੇ ਤਾਂ ਸਵਰਗ ਹੀ ਆ ਮੋਟਰ, ਮੰਮੀ ਉਹਨਾਂ ਦੇ ਕਹਿਣ ਤਰ੍ਹਾਂ ਸੱਚੀ ਸਵਰਗ ਆ ਮੋਟਰ। ਮੰਮੀ ਸਾਨੂੰ ਛੱਡ ਜਾਓ, ਹਾਂ ਤੂੰ ਤਾਂ ਰੋਸਕੋ ਲੈ ਜਾ, ਚੱਲ ਰੋਸਕੋ ਸੌਂ ਜਾ, ਇੱਧਰ ਰੋਸਕੋ ਸੌਂ ਜਾ, ਇੱਕ ਸੜ ਜਾਣਾ ਸੌਂਦਾ ਕਿਤੇ, ਚੱਕ ਵੱਡੀ ਜਾਂ, ਚੱਲ ਸੌਂ। ਸਮੋਸੇ ਡੈਡੀ ਹੁਣੀ ਲੈ ਕੇ ਨੀ ਆਏ, ਉੱਥੇ ਮੁੱਕ ਗਏ ਜਿੱਥੇ ਗਏ, ਹੁਣ ਇੱਧਰ ਜਾਣਾ ਪੈਣਾ ਸਮੋਸੇ ਲੈਣ ਲਈ। ਤੇ ਇੱਕ ਸਮੋਸੇ ਲੈ ਕੇ ਆਉਣੇ ਆ, ਤੇ ਇੱਕ ਮਾਝਾ ਲਿਆਉਣੇ ਆ। ਚਲੋ ਪ੍ਰਾਹੁਣੇ ਆ ਗਏ ਆ, ਦੇਖੋ ਇੱਧਰ ਸਾਰਾ ਕੁਛ ਖਾਈ ਜਾਂਦੀ, ਮਾਝਾ ਮੂਝਾ ਅਤੇ ਇਹਦੇ ਬੋਤਲ। ਬਾਹਰ ਬੱਦਲ ਚੜਿਆ ਆ, ਬਸ ਬਾਹਰ ਬੱਦਲ ਬਣ ਗਿਆ, ਤੁਸੀਂ ਦੇਖ ਸਕਦੇ ਤਾਂ ਮੀਂਹ ਆ ਸਕਦਾ ਮੰਮੀ ਹੁਣ। ਆਇਆ ਆਇਆ ਆਇਆ, ਚਲੋ ਜੀ ਆ ਗਿਆ ਹਰਿਮੰਦਰ ਸਾਹਿਬ। ਅੱਛਾ ਇਹ ਲੈ ਕੇ ਆਇਆ, ਇਹ ਕੀ ਵਧੀਆ ਕੀਤਾ, ਆ ਮੂਲ ਮੰਤਰ ਫੜ ਲਾ ਲਾਪ੍ਰੀਤ, ਸੱਚ ਅੰਕਲ ਦੇ ਪੈਸੇ ਵੀ ਦੇਣੇ ਸੀ ਆਪਾਂ। ਚਲੋ ਬਈ ਪ੍ਰਾਹੁਣੇ ਗਏ ਚਲੇ ਆ ਹੁਣੇ, ਤੇ ਮੌਸਮ ਵੀ ਸਿਰਾ ਵਾ। ਚਲੋ ਗਾਇਜ਼, ਜਦੋਂ ਮੀਂਹ ਆਉਣ ਲੱਗਦਾ ਵਾ ਤੇ ਸਾਰਿਆਂ ਦੇ ਘਰੇ ਏਦਾਂ ਹੀ ਹੁੰਦਾ ਹੁੰਦਾ ਵਾ, ਆਹ ਰੱਖ ਦਿਓ, ਉਹ ਰੱਖ ਦਿਓ, ਆਹ ਇੱਧਰ ਕਰ ਦਿਓ, ਉਹ ਇੱਧਰ ਕਰ ਦਿਓ। ਤੇ ਉੱਧਰ ਡੈਡੀ ਹੁਣੀ ਕਹਿੰਦੇ ਭਾਈ ਆਹ ਟਿਕਾ ਦਿਓ ਇੱਧਰ, ਇੱਧਰ ਬੀਬੀ ਬੋਲੀ ਆਉਂਦੀ, ਬੀਬੀ ਕਹਿੰਦੀ ਉਹ ਲੈ ਗਏ, ਉਹ ਉੱਡ ਗਿਆ, ਉੱਡ ਗਿਆ, ਹਜੇ ਉੱਡਿਆ ਵੀ ਕੁਛ ਨੀ, ਮੀਂਹ ਤਾਂ ਹਜੇ ਆਉਣਾ ਬੀਬੀ, ਉੱਡਿਆ ਕੀ ਆ, ਹਜੇ ਮੀਂਹ ਬੱਦਲ ਹੀ ਡਾ ਦਿੰਦੀਆਂ, ਬੱਦਲ ਕਹਿੰਦਾ ਲੈ ਪਹਿਲੇ ਦਿਨ ਤਾਂ ਆਇਆ ਵਾ ਤੇ ਮੈਂ ਜਾਂਦਾ ਵਾ ਵਾਪਸੀ ਫੇਰ। ਬਾਕੀ ਹੁਣ ਦੇਖੋ ਬੱਦਲ ਕਿੰਨਾ ਉੱਪਰ ਬਣ ਗਿਆ, ਦੇਖੋ ਇੱਧਰ ਕਿੰਨਾ ਸਿਰਾ ਲੱਗਦਾ ਉੱਪਰੋਂ ਵਿਊ, ਤੇ ਬੱਦਲ ਹੀ ਬੱਦਲ ਦੇਖੋ। ਹਾਂ ਵਾਓ, ਜੇ ਤਾਂ ਨਾ ਮੀਂਹ ਆ ਗਿਆ ਨਾ, ਫਿਰ ਅਸੀਂ ਪਤਾ ਕੀ ਕਰਨਾ, ਫਿਰ ਸਵਿਮਿੰਗ ਪੂਲ 'ਚ ਜਾਵਾਂਗੇ ਜਿਹੜਾ ਅਸੀਂ ਬਣਾਇਆ ਵਾ, ਤੇਜ ਹੋਇਆ ਨਾ ਮੀਂਹ। ਇੱਧਰ ਵੇਖੋ ਰੱਜੀ ਗਿੱਲੀ ਹੋਈ ਫਿਰਦੀ ਆ, ਇਹਨਾਂ ਨੇ ਪੂਲ ਦੇ ਵਿੱਚ ਇੰਜੋਏ ਬੜਾ ਕੀਤਾ, ਇਹਨਾਂ ਰੈਸਲਿੰਗ ਵਾਲੇ ਦਾ ਪਾਏ ਇਹਦੇ ਵਿੱਚ। ਤੇ ਇਹ ਹੁਣ ਪਾਣੀ ਤਾਂ ਚੱਲ ਕਹਿੰਦੀ ਬਦਲ ਦੇਣਾ, ਹਜੇ ਤਾਂ ਵੈਸੇ ਕੋਈ ਨੀ ਲੋੜ ਬਦਲਣ ਦੀ, ਦੇਖੋ ਕਿੰਨਾ ਵਧੀਆ ਪਾਣੀ, ਤੇ ਬੱਦਲ ਹੀ ਬੱਦਲ ਇੱਧਰੋਂ ਦੇਖੋ ਬੱਦਲ। ਚਲੋ ਬੱਦਲ ਤਾਂ ਵਾਧੂ ਬਣਿਆ ਹੀ ਪਿਆ ਵਾ, ਤੇ ਹੁਣ ਪੱਠੇ ਵੱਢ ਕੇ
ਲੈ ਜੀ ਆਹ ਮੌਸਮ ਯਾਦ ਰਹੂਗਾ ਤੇ ਮੇਰਾ ਵੀ ਜੀ ਕਰਦਾ ਸੀ ਵੈ ਛਾਲਾ ਮਾਰਨ ਨੂੰ ਮੇਰੇ ਵਾਲ ਗਿੱਲੇ ਹੋ ਜਾਣੇ ਸੀ ਇਹ ਵਕਤ ਸੀ ਤੇ ਜੇ ਮੀਂਹ ਫਿਰ ਕਿਸੇ ਦਿਨ ਆਇਆ ਫਿਰ ਇੱਥੇ ਮਜ਼ਾ ਕਰਾਂਗੇ ਪੂਲ 'ਚ ਚਲੋ ਗਾਇਸ ਲਾਪਰੀ ਤਾਂ ਇੱਥੇ ਕਹਿਣ ਡਿਆ ਵਾ ਮੋਟਰ ਤੇ ਆਣ ਕੇ ਪੱਠੇ ਨਹੀਂ ਇਹਦੇ ਕੋਲ ਵੱਡੇ ਜਾਂਦੇ ਕਹਿੰਦਾ ਬਹੁਤ ਸਖਤ ਵਾ ਪੱਠੇ ਮਤਲਬ ਕੀ ਚੀੜੇ ਆ ਨਹੀਂ ਵੱਡੇ ਜਾਂਦੇ ਮੈਂ ਇਹ ਕਹਿੰਦਾ ਮੈਂ ਡੰਡ ਵੱਡਣੀ ਫੇਰ ਕਰੂ ਐਵੇਂ ਥੋੜੀ ਇਹ ਕਹਿੰਦਾ ਮੈਂ ਆਪਦੀ ਦਾੜੀ ਮੁੱਛ ਬਣਾ ਦੂੰ ਜੇ ਇਹ ਪੱਠੇ ਵੱਡੇ ਗਏ ਤੇ ਮੈਂ ਕਿਹਾ ਮੈਂ ਪੱਠੇ ਵੜਦੇ ਨੇ ਤੂੰ ਪੱਠੇ ਨਹੀਂ ਸਹੀ ਆਹੋ ਕਹਿੰਦਾ ਪੱਠੇ ਨਹੀਂ ਸਹੀ ਦਾੜੀ ਮੁੱਛ ਬਣਾਉਣੀ ਪੈਣੀ ਜੇ ਮੈਂ ਵੜਤੇ ਚੱਲ ਫੇ ਅੱਜ ਹੀ ਦਾੜੀ ਮੁੱਛ ਮੁੰਨੀ ਪਈ ਜੇ ਆ ਵੇਖੋ ਐਦਾਂ ਦੇ ਆ ਪੱਠੇ ਕੋਈ ਆਣ ਜਾਂਦਾ ਕੋਈ ਆਣ ਜਾਂਦਾ ਆਏ ਹਾਰ ਮੰਨ ਗਿਆ ਕਹਿੰਦਾ ਵੀ ਦਾੜੀ ਮੁੱਛ ਬਿਲਕੁਲ ਸ਼ੇਵ ਕਰਾ ਦੂੰਗਾ ਮੇਰੀ ਦਾੜੀ ਮੈਂ ਕਟਾ ਦੂੰਗਾ ਜੇ ਤੁਸੀਂ ਮਤਲਬ ਪੱਠੇ ਵੜਤੇ ਚੀੜੇ ਤਾਂ ਇਧਰ ਉਹ ਇੱਕ ਪੰਨ ਇੱਕ ਹੋ ਗਿਆ ਢੇਰੀ ਇਹ ਦੋ ਢੇਰੀਆਂ ਹੋ ਗਈਆਂ ਦੋ ਢੇਰੀਆਂ ਨੂੰ ਮਿਲਾ ਕੇ ਬਣ ਜਾਣੇ ਉਹਨੇ ਇਹਦੇ ਨਾਲ ਰੱਜੀ ਉਹ ਲੋਨ ਦਾ ਕੋਈ ਫਾਇਦਾ ਨਹੀਂ ਹਨਾ ਇਹ ਕਿਹੜਾ ਘਟਾਉਂਦਾ ਘਟਾਉਂਦਾ ਬਾਅਦ ਚ ਚਲੋ ਗਾਇਸ ਸ਼ਾਮ ਹੋਈ ਹੋਈ ਆ ਬਹੁਤ ਵਧੀਆ ਮੌਸਮ ਹੋਇਆ ਹੋਇਆ ਵਾ ਮੈਂ ਕਿਹਾ ਵਲੌਗ ਦਾ ਵੀ ਐਂਡ ਕਰਦਾ ਤੁਹਾਨੂੰ ਪਹਿਲਾਂ ਵਿਊ ਦਿਖਾ ਦਾਂ ਥੋੜਾ ਜਿਹਾ ਦੇਖੋ ਉਧਰੋਂ ਕਿੰਨਾ ਸੋਹਣਾ ਲੱਗਦਾ ਨਾ ਖੱਟਾ ਖੱਟਾ ਜਿਹਾ ਸ਼ੇਡ ਆ ਗਈ ਉਧਰੋਂ ਕਿੰਨੀ ਵਧੀਆ ਲੱਗਦੀ ਜਿਵੇਂ ਡਰਾਇੰਗ 'ਚ ਨਹੀਂ ਹੁੰਦੀ ਉਵੇਂ ਦੀ ਵਿਊ ਤਾਂ ਤੁਸੀਂ ਦੇਖ ਹੀ ਲਿਆ ਬੜਾ ਸੋਹਣਾ ਖੱਟਾ ਖੱਟਾ ਹੋਇਆ ਗਿਆ ਜੇ ਵਧੀਆ ਲੱਗਣਾ ਵਲੌਗ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਕੱਲ੍ਹ ਵਾਲੇ ਵਲੌਗ ਦੇ ਵਿੱਚ ਬਾਏ।